ਬਚਪਨ ਦੇ ਵਿੱਚ ਇੱਕ ਖੇਡ ਹੁੰਦੀ ਸੀ ਲੁਕਣ ਮੀਚੀ, ਅਤੇ ਹੁਣ ਉਸੇ ਲੁਕਣ ਮੀਚੀ ਨੂੰ ਹੀ ਇੱਕ ਫਿਲਮ ਦੇ ਰੂਪ ਦੇ ਵਿੱਚ ਲੈ ਕੇ ਆ ਰਹੇ ਨੇ ਵਿਦੇਸ਼ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਪਰਤੇ ਪੰਜਾਬੀ ਅਵਤਾਰ ਸਿੰਘ ਬੱਲ ਅਤੇ ਵਿਕਰਮ ਬੱਲ, ਜਿਨ੍ਹਾਂ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਲੁਕਣ ਮੀਚੀ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਐਮ ਹੁੰਦਲ, ਅਤੇ ਇਸ ਦੀ ਕਾਸਟਿੰਗ ਦੇ ਵਿੱਚ ਨੇ ਪ੍ਰੀਤ ਹਰਪਾਲ ਅਤੇ ਮੈਂਡੀ ਤੱਕੜ, ਨਾਲ ਨੇ ਬਹੁਤ ਹੀ ਮਸ਼ਹੂਰ ਕਲਾਕਾਰ ਗੁੱਗੂ ਗਿੱਲ, ਹਾਰਬੀ ਸੰਘ, ਕਰਮਜੀਤ ਅਨਮੋਲ, ਬੀਅਨ ਸ਼ਰਮਾ, ਯੋਗਰਾਜ ਸਿੰਘ, ਨਿਰਮਲ ਰਿਸ਼ੀ, ਸਰਦਾਰ ਸੋਹੀ, ਅੰਮ੍ਰਿਤ ਔਲਖ। ਹਾਂਜੀ ਭਾਅ ਜੀ, ਸਾਡੀ ਫਿਲਮ ਲੁਕਣ ਮੀਚੀ ਦਾ ਫਿਲਮ ਚੱਲ ਰਿਹਾ ਆ। ਅੱਜ ਫਿਲਮ ਦਾ ਦੂਸਰਾ ਦਿਨ ਆ। ਪਹਿਲਾਂ ਦਿਨ ਵੀ ਸਾਡਾ ਬਹੁਤ ਵਧੀਆ ਨਿਕਲਿਆ, ਵੱਡੇ ਸੀਨ ਸੀ, ਅੱਜ ਉਸ ਤੋਂ ਵੀ ਵੱਡਾ ਸੀਨ ਆ। 500 ਤੋਂ ਮੇਰੇ ਹਿਸਾਬ 600 ਬੰਦਾ ਵੀ ਹੋ ਸਕਦਾ ਆ, ਤਾਂ ਇਸੇ ਗੱਲਾਂ ਬੈਕਗਰਾਊਂਡ ਵਿੱਚ ਰੱਖਿਆ ਹੋਇਆ। ਸਟਾਰ ਤਾਂ ਅਲੱਗ ਤੋਂ ਲੋਕ, ਅਤੇ ਸਾਡੇ ਪ੍ਰੋਡਕਸ਼ਨ ਦੀ ਟੀਮ ਅਲੱਗ ਹੁੰਦੀ ਆ। ਬਹੁਤ ਵੱਡੀ ਲੈਵਲ ਦੀ ਫਿਲਮ ਬਣ ਰਹੀ ਆ ਭਾਅ ਜੀ, ਸਾਡੀ ਕਾਸਟ ਵੀ ਵੱਡੇ ਹਿਸਾਬ ਨਾਲ, ਅਤੇ ਸਾਡੇ ਸੀਨਸ ਅਤੇ ਸਟੋਰੀ ਦੇ ਹਿਸਾਬ ਨਾਲ ਵੀ ਵੱਡੀ ਫਿਲਮ ਬਣ ਰਹੀ ਆ ਭਾਅ ਜੀ। ਕੀ ਖਾਸ ਸਰ ਫਿਲਮ ਦੇ ਵਿੱਚ, ਇਹਦੇ ਵਿੱਚ ਜਿਹੜੀ ਸਟੋਰੀ ਹੈ ਪੰਜਾਬ ਦੇ ਆਧਾਰਿਤ ਹੈ ਜਾਂ ਕਿਸੇ? ਹਾਂਜੀ ਭਾਅ ਜੀ, ਆਹ ਵੀ ਗੱਲਾਂ ਸਾਰੀ ਦਿਖਾਈਆਂ। ਅਸੀਂ ਇਸ ਫਿਲਮ ਦੇ ਇੱਦਾਂ ਨੇ ਕੋਈ ਬੰਦਾ ਛੱਡਿਆ ਹੀ ਨਹੀਂ, ਕਿਉਂ ਫਿਲਮ ਦੇ ਕੋਈ ਪਸੰਦ ਨਾ ਆਵੇ ਜਾਂ ਉਹਨੂੰ ਕੋਈ ਆਹ ਨਾ ਹੋਵੇ ਕਿ ਅਸੀਂ ਬੰਦਾ ਛੱਡਿਆ। ਬਜ਼ੁਰਗਾਂ ਦੀ ਵੀ ਗੱਲ ਪਾਉਂਗੇ, ਉਹਨੂੰ ਪਸੰਦ ਆਈ, ਪੁਰਾਣੀਆਂ ਗੱਲਾਂ ਦਿਖਾਉਣੀਆਂ, ਮਾਡਰਨ ਅੱਜ ਕੱਲ੍ਹ ਦੇ ਨਿਆਣੇ ਵੀ ਉਹ ਵੀ ਹੋਣਗੀਆਂ ਚੀਜ਼ਾਂ ਜਿਹੜੇ ਉਹਨੂੰ ਪਸੰਦ ਵਾਲੀ ਗੱਲਾਂ ਹੋਣਗੀਆਂ, ਨਿਆਣਿਆਂ ਤੱਕ ਅਤੇ ਬਜ਼ੁਰਗਾਂ ਤੱਕ, ਅਸੀਂ ਸਾਰੇ ਬੰਦੇ ਵਿਚਾਲੇ ਕੋਈ ਛੱਡਿਆ ਨਹੀਂ ਹੈਗਾ। ਜੇ ਬੰਦਾ ਫਿਲਮ ਦੇਖ ਕੇ ਆਹ ਨਾ ਕਹਿ ਸਕੇ ਕਿ ਫਿਲਮ ਦੇਖਣ ਵਾਲੀ ਨਾ ਹੋਵੇ। ਇਹ ਫਿਲਮ ਨੂੰ ਸਰ ਕਿੰਨਾ ਬਣਨ 'ਚ ਕਿੰਨਾ ਸਮਾਂ ਲੱਗੇਗਾ ਸਰ? ਭਾਅ ਜੀ, ਇੱਦਾਂ ਦੀ ਫਿਲਮ ਨੂੰ ਅਸੀਂ ਦੋ ਕਿਸਮ ਦੀਆਂ ਚੀਜ਼ਾਂ ਹੁੰਦੀਆਂ, ਇੱਕ ਤਾਂ ਪ੍ਰੀ ਪ੍ਰੋਡਕਸ਼ਨ 'ਚ, ਉਹ ਤਾਂ ਹੈਗੇ 6 ਮਹੀਨੇ ਦੀ ਗੱਲ, ਅਸੀਂ 6 ਮਹੀਨੇ ਤੋਂ ਹੀ ਪ੍ਰੋਡਕਸ਼ਨ ਕਰ ਰਹੇ ਹਾਂ, ਅਤੇ ਹੁਣ ਅਜੇ ਆਹ ਫਿਲਮ ਹੀ ਆ। ਇਹ 35 ਦੇ ਦੇ ਵਿੱਚ 30 ਤੋਂ ਲੈ ਕੇ 40 ਦਿਨ ਦੇ ਵਿੱਚ ਅਸੀਂ ਖੱਪ ਕਰ ਦੇਣਾ ਹੈ ਸਾਰਾ, ਸਾਰੇ ਸ਼ਾਟ ਸਾਡੇ ਡਨ ਹੋ ਜੇ ਭਾਅ ਜੀ। ਡਿਸੰਬਰ ਦੇ ਪਹਿਲਾਂ, ਡਿਸੰਬਰ ਦੇ ਐਂਡ ਤੱਕ ਅਸੀਂ ਸਾਰਾ ਡਨ ਕਰ ਦੂੰਗੇ, ਤਾਂ ਹੀ ਤਾਂ ਫਿਲਮ ਦੀ ਰਿਲੀਜ਼ ਅਸੀਂ ਮਾਰਚ ਅਪ੍ਰੈਲ ਦੇ ਐਂਡ ਤੱਕ ਹੋ ਜਾਣੀ ਹੈ ਸਾਡੀ। ਇਹਦੀ ਸ਼ੂਟਿੰਗ ਸਰ ਕਿੱਥੇ ਕਿੱਥੇ ਆਪਣਾ ਕੀਤੀ ਗਈ ਹੈ? ਭਾਅ ਜੀ, ਇਹ ਹੈਗੀ ਆ, ਹੁਣ ਤਾਂ ਅਸੀਂ ਸਾਡੇ ਪਿੰਡ ਰਕਵੇ ਲੁਧਿਆਣੇ ਦੇ ਸ਼ਹਿਰ ਦੇ ਨੇੜੇ ਹੈਗੇ ਹਾਂ। ਉਸ ਤੋਂ ਬਾਅਦ ਅਸੀਂ ਜਾਣਾ ਆ ਵੀ ਫੈਜ਼ਲਖਾ ਇਲਾਕਾ, ਅਤੇ ਫਿਰ ਉੱਥੇ ਛੋਟੇ ਛੋਟੇ ਪਿੰਡਾਂ ਵਿੱਚ ਅਬਾਊਟ 20 ਦਿਨ ਦੀ ਉੱਥੇ ਸ਼ੂਟਿੰਗ ਆ ਜੀ। ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣਾ ਕਿ ਜਿਹੜੀ ਇਹ ਫਿਲਮ ਹੈਗਾ, ਕਿ ਇਹਦੇ ਵਿੱਚ ਜਿਹੜੀ ਸਟੋਰੀ ਕੀਤੀ ਗਈ ਹੈ ਉਹ ਆਪਣਾ ਪੰਜਾਬੀਆਂ ਨੂੰ ਪਸੰਦ ਆਏਗੀ ਸਰ? ਭਾਅ ਜੀ, ਮੈਂ ਤੁਹਾਨੂੰ ਆਹੀ ਕਹਿ ਸਕਦਾ ਹਾਂ ਕਿ ਇਸ ਫਿਲਮਾਂ ਦੇ ਵਿੱਚ ਆਹ ਅਸੀਂ ਕੋਈ ਗੱਲ ਛੱਡੀ ਨਹੀਂ ਹੈਗੀ। ਆਹ ਨਹੀਂ ਹੈਗਾ ਕਿ ਮਤਲਬ ਇਕੱਲਾ ਡਰਾਮਾ ਆ ਜਾਂ ਇਕੱਲਾ ਬੇਫ ਛੋਟ ਤੋਂ ਬਿਨਾਂ ਕਾਮੇਡੀ ਚੱਲਦਾ ਆ। ਜਿੱਥੇ ਕਾਮੇਡੀ ਦੀ ਲੋੜ ਹੋਊ ਕਾਮੇਡੀ ਵੀ ਹੈਗੀ ਆ, ਐਕਸ਼ਨ ਤੁਹਾਡੇ ਸਾਹਮਣੇ ਆ, ਕੁਸ਼ਤੀ ਚੱਲ ਰਹੀ ਹੈ ਇਸ ਟਾਈਮ 'ਤੇ, ਕੁਸ਼ਤੀਆਂ ਤੋਂ ਬਿਨਾਂ ਹੋਰ ਵੀ ਆਉਂਦੀ ਐਕਸ਼ਨ ਦੇ ਸੀਨ ਆ। ਸਾਡੀ ਸਟਾਰ ਕੈਸਟ ਵੀ ਹੈਗੀ ਆ, ਤੁਸੀਂ ਦੇਖੋਗੇ ਜਦੋਂ ਲਿਸਟ ਪੜੂੰਗੇ ਕਿ ਮਤਲਬ ਯੰਗਸਟਰਸ ਲਈ ਪ੍ਰੀਤ ਹਰਪਾਲ ਜੀ, ਮੈਂਡੀ ਤੱਕਰ ਲਈ, ਅਤੇ ਕਾਮੇਡੀ ਲਈ ਸਾਡੇ ਕੋਲ ਬੀਐਨ ਸ਼ਰਮਾ, ਕਰਨਜੀਤ ਅਨਮੋਲ ਵਾਂਗੂ ਐਕਸ਼ਨ, ਅਤੇ ਸੀਨੀਅਰ ਆਰਟਿਸਟ ਸਾਡੇ ਗੁੱਗੂ ਗਿੱਲ ਜੀ ਅਤੇ ਯੋਗਰਾਜ ਜੀ ਵੀ ਹੈਗੇ ਆ। ਤੁਸੀਂ ਦੇਖੋਗੇ ਕਾਸਟ ਹੀ ਸਾਡੀ ਇੱਦਾਂ ਦੀ ਆ ਕਿ ਹਰ ਇੱਕ ਬੰਦੇ ਦਾ ਕੋਈ ਨਾ ਕੋਈ ਫੇਵਰੇਟ ਆਰਟਿਸਟ ਹੋਊਗਾ ਮੂਵੀ ਵਿੱਚ, ਅਸੀਂ ਤਾਂ ਹੀ ਇੱਦਾਂ ਕੀਤੀ ਹੈ। ਲੁਧਿਆਣੇ ਦੇ ਇੱਕ ਪਿੰਡ ਦੇ ਵਿੱਚ ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੋ ਰਹੇ ਸਨ ਕੋਲ ਦੇ ਸੀਨ, ਅਤੇ ਕਾਫੀ ਪਸੰਦ ਕੀਤੇ ਗਏ ਦਰਸ਼ਕਾਂ ਦੇ ਵੱਲੋਂ। ਹਾਲੇ ਕੱਲ੍ਹ ਤੋਂ ਸ਼ੁਰੂ ਹੋਈ ਫਿਲਮ ਲੁਕਣ ਮੀਚੀ ਦੀ ਜਿਹੜੀ ਸ਼ੂਟਿੰਗ ਆ ਉਹ ਪਿੰਡ ਰਕਬਾ, ਜਿਹੜਾ ਸਾਡੇ ਪ੍ਰੋਡਿਊਸਰ ਸਾਹਿਬ ਦਾ ਪਿੰਡ ਆ, ਅਸੀਂ ਉੱਥੇ ਲੁਧਿਆਣੇ ਦੇ ਕੋਲ ਉੱਥੇ ਸ਼ੂਟ ਕਰ ਰਹੇ ਹਾਂ, ਔਰ ਕੱਲ੍ਹ ਤੋਂ ਸ਼ੁਰੂ ਹੋਈ ਆ। ਹਾਲੇ ਬਾਕੀ ਦੀ ਜਿਹੜੀਆਂ ਲੋਕੇਸ਼ਨਸ ਨੇ ਉਹ ਸ਼ਾਇਦ ਅਬੋਹਰ ਅਤੇ ਬਠਿੰਡੇ ਦਾ ਏਰੀਆ ਹੋਊਗਾ, ਔਰ ਜ਼ਿਆਦਾਤਰ ਸ਼ੂਟਿੰਗ ਇਸ ਏਰੀਏ 'ਚ ਹੀ ਆ। ਇਸ ਫਿਲਮ ਦੇ ਵਿੱਚ ਸਰ ਇਹ ਕੀ ਖਾਸ ਆ ਸਰ ਆਪਣਾ, ਉਹ ਦੱਸੋਗੇ ਸਰ? ਇਸ ਫਿਲਮ 'ਚ ਸਾਰਾ ਕੁਛ ਹੀ ਖਾਸ ਆ ਜੀ, ਸਾਡੇ ਲਈ ਤਾਂ ਐਕਟਰ ਲਈ ਹਰ ਫਿਲਮ ਹੀ ਖਾਸ ਹੈ, ਔਰ ਮੇਰੇ ਲਈ ਖਾਸ ਇਹ ਹੈ ਕਿ ਮੈਂ ਪਹਿਲੀ ਵਾਰੀ ਗੁੱਗੂ ਗਿੱਲ ਸਾਹਿਬ ਅਤੇ ਯੋਗਰਾਜ ਸਰ ਨਾਲ ਮੈਂ ਕੰਮ ਕਰ ਰਿਹਾ, ਜਿਨ੍ਹਾਂ ਨੂੰ ਅਸੀਂ ਦੇਖਦੇ ਵੱਡੇ ਹੋਏ ਹਾਂ, ਔਰ ਬਚਪਨ 'ਚ ਬਹੁਤ ਸਾਰੀਆਂ ਫਿਲਮਾਂ ਉਹਨਾਂ ਦੀਆਂ ਦੇਖੀਆਂ ਆਪਾਂ। ਮੇਰੇ ਲਈ ਆਪਣੇ ਆਪ 'ਚ ਹੀ ਇੱਕ ਖਾਸ ਫਿਲਮ ਆ, ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਅਸੀਂ ਇੱਕ ਜਿਹੜੀ ਇਕੱਲੀ ਇੱਕ ਫਿਲਮ ਨਹੀਂ ਅਸੀਂ ਅਨਾਊਂਸ ਕੀਤੀ, ਹੁਣ ਇਸ ਤੋਂ ਬਾਅਦ ਇੱਕ ਪਾਨ ਦੀ ਬੇਗੀ ਹੈ। ਸਾਡਾ ਜਿਹੜਾ ਪ੍ਰੋਡਕਸ਼ਨ ਹਾਊਸ ਹੈ ਬੰਬਲ ਬੀ ਐਂਡ ਫੇਮ ਮਿਊਜ਼ਿਕ, ਅਸੀਂ ਦੋਨਾਂ ਨੇ ਰਲ ਕੇ ਮਿਲ ਕੇ ਜਿਹੜਾ ਇਹ ਜਿਹੜਾ ਪ੍ਰੋਡਕਸ਼ਨ ਹਾਊਸ ਖੋਲ੍ਹਿਆ, ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬੈਕ ਟੂ ਬੈਕ ਜਿਹੜੀਆਂ ਫਿਲਮਾਂ ਦਈਏ, ਔਰ
ਫਿਲਮ ਦਾ ਜਿਹੜਾ ਕਨਸੈਪਟ ਹੈ ਉਹ ਰਾਜੂ ਵਰਮੇ ਨੇ ਬਹੁਤ ਵਧੀਆ ਲਿਖਿਆ। ਨੋਰਮਲ ਜ਼ਿੰਦਗੀ 'ਚ ਤਾਂ ਮੈਂ ਬਹੁਤ ਥੋੜ੍ਹਾ ਸ਼ਾਇਜ ਆ, ਨੇਚਰ ਹੈ ਮੇਰਾ ਔਰ ਥੋੜ੍ਹਾ ਸਾ ਕਹਿ ਲਓ ਸ਼ਾਂਤ ਨੇਚਰ ਦਾ ਬੰਦਾ ਹਾਂ, ਪਰ ਫਿਲਮ ਦੇ ਵਿੱਚ ਥੋੜ੍ਹਾ ਚੁਲਬਲਾ ਕਰੈਕਟਰ ਚੁਣਿਆ ਉਹਨਾਂ ਨੇ ਔਰ ਰਾਜੂ ਵਰਮੇ ਨੇ ਮੇਰੇ 'ਤੇ ਵਿਸ਼ਵਾਸ ਦਿਖਾਇਆ ਲਿਖਦੇ ਟਾਈਮ ਕਿ ਮੈਂ ਉਹ ਕਰੈਕਟਰ ਕਰ ਲਊਂਗਾ। ਸੋ ਦੇਖਦੇ ਹਾਂ, ਬਾਕੀ ਤੁਸੀਂ ਪਰਦੇ 'ਤੇ ਇੰਜੋਏ ਕਰੋਗੇ ਉਸ ਕਰੈਕਟਰ ਨੂੰ। ਬਹੁਤ ਸਾਰੇ ਆਰਟਿਸਟ ਨੇ ਜੀ, ਮੈਂ ਮੇਨ ਲੀਡ ਦੇ ਉੱਤੇ ਕੰਮ ਕਰ ਰਿਹਾ, ਮੇਰੇ ਨਾਲ ਮੈਂਡੀ ਤੱਕੜ ਜਿਹੜੀ ਆ ਉਹ ਫਸਟ ਟਾਈਮ ਪਰਦੇ 'ਤੇ ਤੁਸੀਂ ਐਜ਼ ਅ ਪੇਅਰ ਦੇਖੋਗੇ, ਔਰ ਉਸ ਤੋਂ ਬਾਅਦ ਬੀ ਐਨ ਸ਼ਰਮਾ ਜੀ, ਗੁੱਗੂ ਗਿੱਲ ਸਾਹਿਬ, ਯੋਗਰਾਜ ਸਰ ਔਰ ਆਪਣਾ ਕਰਮਜੀਤ ਅਨਮੋਲ, ਸਰਦਾਰ ਸੋਹੀ ਸਾਹਿਬ, ਹਰਬੀ ਸੰਘਾ, ਸੋ ਇੱਦਾਂ ਦੇ ਸਾਰੇ ਜਿਹੜੇ ਲਗਭਗ ਪੰਜਾਬ ਦੇ ਨਾਮਵਰ ਆਰਟਿਸਟ ਨੇ ਉਹ ਇਸ ਫਿਲਮ ਦੇ ਨਾਲ ਜੁੜੇ ਆ। ਅਤੇ ਔਰ ਇਸ ਫਿਲਮ ਦੇ ਪ੍ਰੋਡਿਊਸਰ ਜਿਹੜੇ ਨੇ ਮਿਸਟਰ ਅਵਤਾਰ ਸਿੰਘ ਬਲ, ਉਹ ਕੈਨੇਡਾ ਤੋਂ ਨੇ, ਔਰ ਵਿਕਰਮ ਬਲ ਜਿਹੜਾ ਆ ਉਹ ਫਿਲਮ ਨੂੰ ਐਜ਼ ਏ ਡਾਇਰੈਕਟਰ ਅਸਿਸਟ ਕਰ ਰਿਹਾ। ਪਹਿਲਾਂ ਤਾਂ ਜੀ ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਕਬੂਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੁਣ ਪੁੱਛੋ ਕੀ ਪੁੱਛਣਾ। ਤੁਸੀਂ ਗੂਗਲ ਅਤੇ ਯੋਗਰਾਜ ਸਿੰਘ ਜੀ ਨੂੰ ਬੜੀਆਂ ਦੇਖਿਆ ਹੋਊਗਾ ਫਿਲਮਾਂ ਦੇ ਵਿੱਚ, ਦੁਸ਼ਮਣੀਆਂ ਯੇ ਵੋ, ਸਟਾਰਟ ਹੀ ਫਿਲਮ ਦੁਸ਼ਮਣੀ ਤੋਂ ਹੁੰਦੀ ਸੀ। ਇਸ ਫਿਲਮ ਦੇ ਵਿੱਚ ਕੁਛ ਚੇਂਜ ਐਸੀ ਹੈ ਕਿ ਅਸੀਂ ਦੋਨੋਂ ਜੈ ਵੀਰੂ ਆਫ ਸ਼ੋਲੇ ਪਲੇ ਕਰ ਰਹੇ ਹਾਂ, ਦੋ ਦੋਸਤ ਨੇ। ਫਿਰ ਉਸ ਤੋਂ ਬਾਅਦ ਕਿਵੇਂ ਕਿਵੇਂ ਲੋਕ ਵਿੱਚ ਵਿਚਰਦੇ ਨੇ, ਕਿਵੇਂ ਦੁਨੀਆ ਆਉਂਦੀ ਹੈ, ਕਿਵੇਂ ਲੋਕ ਉਹਨਾਂ ਦੇ ਵਿੱਚ ਪਾੜ ਪਾਉਂਦੇ ਨੇ, ਕਿਵੇਂ ਇੱਕ ਸੈਪਰੇਸ਼ਨ ਹੁੰਦੀ ਹੈ ਉਹਨਾਂ ਦੀ, ਔਰ ਫਿਰ ਮੇਲ ਮਿਲਾਪ ਹੁੰਦਾ। ਹੋਰ ਬੜੇ ਐਕਟਰ ਨੇ, ਅਨਮੋਲ ਜੀ ਹੈਗੇ ਨੇ, ਹੋਰ ਹੈਗੇ ਨੇ, ਅਤੇ ਇੱਕ ਡਿਫਰੈਂਟ ਫਿਲਮ ਹੈ ਜਿਹਦੇ ਵਿੱਚ ਸ਼ਾਇਦ ਤੁਹਾਨੂੰ ਬੜੀ ਦੇਰ ਬਾਅਦ ਲੋਕ ਸ਼ਾਇਦ ਉਦੋਂ ਵੀ ਚਾਹੁੰਦੇ ਹੋਣ ਵੀ ਜੀ ਅਸੀਂ ਯੋਗਰਾਜ ਸਿੰਘ ਅਤੇ ਗੁੱਗੂ ਗਿੱਲ ਜੀ ਨੂੰ ਵੀ ਦੇਖੀਏ ਇਕੱਠੇ ਐਜ਼ ਅ ਫਰੈਂਡਸ। ਤਾਂ ਸਾਡੀ ਇੱਕ ਕੁਛ ਤੱਤ ਇਹੋ ਜਿਹਾ ਵੀ ਹੈ ਇਸ ਫਿਲਮ ਦੇ ਵਿੱਚ ਜਿਹੜਾ ਸਾਡੀ ਰਿਐਲਿਟੀ ਲਾਈਫ ਦੇ ਨਾਲ ਵੀ ਗੁਜ਼ਰਿਆ ਹੈ। ਸੋ ਇਸ ਤਰ੍ਹਾਂ ਦੀ ਕਹਾਣੀ। ਸਰ, ਅੱਜ ਕੱਲ੍ਹ ਜਿਹੜੀ ਫਿਲਮਾਂ ਬਣਦੀਆਂ ਨੇ ਉਹਦੇ ਵਿੱਚ ਨਸ਼ੇ ਨੂੰ ਕਿਤੇ ਨਾ ਕਿਤੇ ਪ੍ਰਮੋਟ ਕੀਤਾ ਜਾ ਰਿਹਾ, ਕਿ ਉਹ ਸਹੀ ਹੈ ਸਰ ਨਸ਼ੇ ਨੂੰ ਪ੍ਰਮੋਟ ਕਰਨਾ ਫਿਲਮਾਂ ਦੇ ਵਿੱਚ, ਕਿ ਪੰਜਾਬ ਸਰਕਾਰ ਜਾਂ ਹੋਰ ਸਰਕਾਰਾਂ ਨਸ਼ੇ ਦੇ ਮੁੱਦੇ 'ਤੇ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀਆਂ ਨੇ, ਕਿ ਅਸੀਂ ਫਿਲਮ ਦੇ ਵਿੱਚ ਅਗਰ ਨਸ਼ੇ ਨੂੰ ਪ੍ਰਮੋਟ ਕਰ ਰਹੇ ਹਾਂ ਉਹ ਸਹੀ ਹੈ ਸਰ? ਮੈਂ ਤਾਂ ਸ਼ਾਇਦ ਕੋਈ ਐਸੀ ਫਿਲਮ ਦੇਖੀ ਨਹੀਂ ਜਿਹਦੇ ਵਿੱਚ ਨਸ਼ੇ ਨੂੰ ਪ੍ਰਮੋਟ ਕੀਤਾ ਜਾ ਰਿਹਾ, ਪਰ ਹਾਂ ਕੁਛ ਫਿਲਮਾਂ ਮੈਂ ਜ਼ਰੂਰ ਦੇਖੀਆਂ ਨੇ ਜਿਹਦੇ ਵਿੱਚ ਨਸ਼ੇ ਦੇ ਅਗੇਂਸਟ ਫਿਲਮਾਂ ਬਣ ਰਹੀਆਂ ਨੇ ਵੀ ਨਸ਼ੇ ਨਹੀਂ ਕਰਨੇ ਚਾਹੀਦੇ। ਪਰ ਜੇ ਨਸ਼ੇ ਆਏ ਨੇ ਤਾਂ ਪੰਜਾਬ 'ਚ, ਪਹਿਲਾਂ ਸਵਾਲ ਮੈਂ ਚਲੋ ਤੁਹਾਨੂੰ ਹੀ ਪੁੱਛ ਲੈਂਦਾ ਸਾਰਿਆਂ ਨੂੰ, ਪ੍ਰੈਸ ਵਾਲਿਆਂ ਨੂੰ ਵੀ, ਕਿਉਂ ਆਏ ਨੇ? ਤੁਸੀਂ ਇਹਦਾ ਜਵਾਬ ਆਪ ਹੀ ਦੇ ਦਿਓ, ਕਿਉਂਕਿ ਸਾਰੀ ਦੁਨੀਆ ਜਾਣਦੀ ਹੈ। ਔਰ ਜੇ ਅੱਜ ਜਵਾਨ ਤਬਕਾ ਨਸ਼ੇ ਦੇ ਵਿੱਚ ਫਸਿਆ ਤਾਂ ਕਿਉਂ ਫਸਿਆ, ਇਹਦਾ ਵੀ ਜਵਾਬ ਮੈਂ ਲੈਣਾ ਚਾਹੁੰਦਾ। ਇਕੱਲੀ ਸਰਕਾਰ ਕੁਛ ਨਹੀਂ ਕਰ ਸਕਦੀ, ਇਕੱਲੀ ਪ੍ਰੈਸ ਕੁਛ ਨਹੀਂ ਕਰ ਸਕਦੀ, ਇਹ ਤਾਂ ਬੰਦੇ ਨੂੰ ਆਪ ਸੋਚਣਾ ਪੈਣਾ, ਬੰਦੇ ਦੀ ਪਰਵਰਿਸ਼ ਕਿਹੋ ਜਿਹੀ ਹੋ ਰਹੀ ਹੈ। ਕੋਈ ਬੰਦਾ ਇੱਕ ਕਿੱਲੇ 'ਚ ਵੀ ਸੁਖੀ ਹੈ, ਕੋਈ ਬੰਦਾ 100 ਕਿੱਲੇ 'ਚ ਨਹੀਂ ਸੁਖੀ, ਕੋਈ ਬੰਦਾ 1,00,000 ਰੁਪਇਆ 10,000 'ਚ ਵੀ ਸੁਖੀ ਹੈ, ਕੋਈ 10 ਕਰੋੜਾਂ 'ਚ ਨਹੀਂ ਸੁਖੀ ਹੈਗਾ। ਸੋ ਜੇ ਤੁਸੀਂ ਲੋਕਾਂ ਨੂੰ ਘਰੋਂ ਬੇਘਰ ਕਰਨਾ ਹੈ ਅਤੇ ਲੋਕਾਂ ਨੂੰ ਤੁਸੀਂ ਜੋਬਸ ਨਹੀਂ ਦੇਣੀਆਂ, ਲੇਕਿਨ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਦੇ ਉੱਤੇ ਕੋਈ ਵੀ ਨਹੀਂ ਬੋਲਦਾ, ਨਾ ਪ੍ਰੈਸ ਬੋਲਦੀ ਹੈ, ਨਾ ਪੋਲੀਟੀਸ਼ੀਅਨਸ ਬੋਲਦੇ ਨੇ, ਨਾ ਮਿਨਿਸਟਰਸ ਬੋਲਦੇ ਨੇ, ਕੋਈ ਵੀ ਨਹੀਂ ਬੋਲਦਾ। ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਸਿਰਫ ਇਹ ਦੇਸ਼ 40 ਕਰੋੜ ਬੰਦਿਆਂ ਵਾਸਤੇ ਬਣਿਆ ਸੀ, 40 ਕਰੋੜ ਮੈਂ ਜ਼ਿਆਦਾ ਕਹਿ ਰਿਹਾ, ਜਿੰਨੀ ਇਸ ਦੇ ਏਰੀਆ ਹੈ ਉਹ 20-25 ਕਰੋੜ ਵਾਸਤੇ ਹੈ, ਅਤੇ 150 ਕਰੋੜ ਬੰਦਾ ਰਹੇਗਾ ਤਾਂ ਸਰ ਫਿਰ ਇਹੀ ਖੁਸ਼ੀ ਹੋਏਗਾ? ਅਜੇ ਤਾਂ ਕੁਛ ਵੀ ਨਹੀਂ ਹੋਇਆ, ਅਜੇ ਅੱਗੇ ਅੱਗੇ ਦੇਖਿਓ ਹੁੰਦਾ ਕੀ ਹੈ। ਇੱਥੇ ਰੈਗੂਲੇਸ਼ਨ ਆਏਗੀ, ਇੱਥੇ ਧਰਮ ਦੇ ਸਿਰ 'ਤੇ ਸਿਰ ਕੱਟੇ ਜਾਣਗੇ, ਵੱਢੇ ਜਾਣਗੇ। ਜੋ 47 'ਚ ਹੋਇਆ ਸ਼ਾਇਦ ਉਹ ਟ੍ਰੇਲਰ ਸੀ, ਔਰ ਜੋ ਹੁਣ ਹੋਣ ਵਾਲਾ ਉਹ ਹੋਣ ਵਾਲਾ ਜੋ ਤੁਸੀਂ ਸ਼ਾਇਦ ਉਹਦਾ ਇਮੈਜਿਨ ਨਹੀਂ ਕਰ ਸਕਦੇ। ਲੇਕਿਨ ਇਕੱਲੇ ਨਸ਼ੇ ਦੀ ਤਾਂ ਗੱਲ ਹੀ ਨਹੀਂ, ਇਕੱਲੇ ਤਾਂ ਬੰਦੇ ਦੀ ਵਰਤਾਓ ਦੀ ਗੱਲ ਹੈ ਕਿ ਬੰਦਾ ਦੂਜੇ ਬਾਰੇ ਸੋਚਦਾ ਕੀ ਹੈ। ਮੈਂ ਅੱਜ ਦੇ ਟਾਈਮ ਦੇ ਵਿੱਚ, ਮੈਨੂੰ ਬੜਾ ਦੁੱਖ ਹੁੰਦਾ ਔਰ ਦੁੱਖ ਨਾਲੇ ਮੈਂ ਗੱਲ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਮੇਰੇ ਭਰਾਵੋ, ਮੇਰੇ ਦੋਸਤੋ, ਕਿ ਪਿਆਰ ਰਹਿ ਹੀ ਨਹੀਂ ਗਿਆ ਇੱਕ ਦੂਜੇ ਨਾਲ। ਹਰੇਕ ਬੰਦਾ ਹਰੇਕ ਦੀ ਜੇਬ ਵੱਲ ਦੇਖਦਾ ਹੈ, ਉਹਦੀ ਕਮੀਜ਼ ਲਾਉਣ ਨੂੰ ਤਿਆਰ ਹੈ ਅਤੇ ਕੱਪੜੇ ਲਾਉਣ ਨੂੰ ਤਿਆਰ ਹੈ। ਇਹ ਕਾਲੀ ਯੁੱਗ ਦੀ ਨਿਸ਼ਾਨੀ ਹੈ, ਅਤੇ ਜੇ ਇਹਦੇ ਬਾਰੇ ਕੁਛ ਕਰਨਾ ਹੈ ਤਾਂ ਸਾਰਿਆਂ ਨੂੰ ਮਿਲ ਕੇ ਕੁਛ ਕਰਨਾ ਪਊਗਾ। ਭਾਸ਼ਣ ਦੇਣੇ ਬਹੁਤ ਸੌਖੇ ਹੈ, ਮੇਰੇ ਵਰਗਾ ਬੰਦਾ ਵੀ ਬੋਲੀ ਜਾਂਦਾ ਹੁੰਦਾ ਬੈਠਾ, ਪਰ ਜਦ ਤੁਸੀਂ ਕਿਸੇ ਵਾਸਤੇ ਕੁਛ ਕਰਦੇ ਹੋ, ਸਾਡੇ ਗੁਰੂ ਹੀ ਕਰ ਗਏ, ਸਾਡੇ ਪੀਰ ਪੈਗੰਬਰ ਹੀ ਕਰ ਗਏ, ਉਹ ਕ੍ਰਿਸ਼ਨ ਮਹਾਰਾਜ ਅਤੇ ਰਾਮ ਚੰਦਰ ਜੀ ਕਰ ਗਏ, ਉਹ ਗੁਰੂ ਗੋਬਿੰਦ ਸਿੰਘ ਜੀ ਕਰ ਗਏ, ਉਹ ਸ਼ਹੀਦ ਹੀ ਕਰ ਗਏ।
ਕਿ ਹਿੰਦੁਸਤਾਨ ਨੂੰ ਬਚਾ ਕੇ ਇਸ ਜਗ੍ਹਾ ਲਿਆਂਦਾ, ਲੇਕਿਨ ਅੱਜ ਹਿੰਦੁਸਤਾਨ ਕਿੱਥੇ ਜਾ ਰਿਹਾ ਮੇਰੇ ਨਾਲ ਜਦੋਂ ਤੁਸੀਂ ਜਾਣਦੇ ਹੋ। ਜੇ ਗੱਲ ਕਰੀਏ ਸਰ ਪੰਜਾਬੀ ਫਿਲਮ ਦੀ, ਇਸ ਫਿਲਮ 'ਚ ਤੁਸੀਂ ਕਿਹੜਾ ਰੋਲ ਅਦਾ ਕਰ ਰਹੇ ਹੋ ਸਰ? ਮੈਂ ਕਾਫੀ ਦੇਰ ਤੋਂ ਪੋਜ਼ਿਟਿਵ ਕੈਰੇਕਟਰ ਕਰ ਰਿਹਾ, ਫਾਦਰ ਦੇ ਰੋਲਸ ਕਰ ਰਿਹਾ। ਜਦ ਨਵਾਂ ਸਿਨੇਮਾ ਦੁਬਾਰਾ ਉਭਰਿਆ, ਮੈਂ ਕਾਮੇਡੀ, ਗੁਰੂ ਮਹਾਰਾਜ ਨੇ ਮੈਨੂੰ ਕਿਰਪਾ ਕੀਤੀ ਹੈ ਇਸ ਫਿਲਮ ਦੇ ਵਿੱਚ ਕੁਛ ਅਲੱਗ ਕਰਨ ਦਾ। ਮੇਰੀ ਮੌਜ ਸੀਗੀ, ਮੇਰਾ ਦਿਲ ਸੀਗਾ, ਮੇਰਾ ਮਨ ਸੀ ਕਿ ਮੈਂ ਗੁੱਗੂ ਜੀ ਨਾਲ ਇੱਕ ਐਸੀ ਦੋਸਤੀ ਦੀ ਮਿਸਾਲ ਪਰਦੇ 'ਤੇ ਕਾਇਮ ਕਰਾਂ ਜਿਹਦੀ ਮਿਸਾਲ, ਜਿਸ ਪੰਜਾਬ ਦੀ ਧਰਤੀ ਦੀ ਖੁਸ਼ਬੂ ਦੀ ਜਿਹੜੀ ਮਿਸਾਲ ਹੈ ਉਹ ਸਾਰੀ ਦੁਨੀਆ ਦੇ ਵਿੱਚ ਗਾਥਾ ਗਾਈ ਜਾਂਦੀ ਹੈ। ਸੋ ਉਸ ਤਰ੍ਹਾਂ ਦਾ ਇੱਕ ਕਰੈਕਟਰ ਹੈ, ਪੋਜ਼ਿਟਿਵ ਨੈਗੇਟਿਵ ਦੋਨੋਂ ਕਰੈਕਟਰ ਸਾਡੇ ਦੋਨਾਂ ਦੇ ਵਿੱਚ ਹੀ ਹੈ। ਪਰ ਅਲਟੀਮੇਟਲੀ ਦੱਸਿਆ ਵੀ ਜਿਹੜੇ ਤਾਲੁਕਾਤ ਨੇ, ਰਿਸ਼ਤੇ ਨੇ, ਉਹਨਾਂ ਦੀ ਕੀ ਅਹਿਮੀਅਤ ਹੈ, ਕੀ ਵੈਲਿਊ ਹੈ। ਪੈਸੇ ਨਾਲੋਂ, ਜਾਇਦਾਦ ਨਾਲੋਂ ਇੱਕ ਰਿਸ਼ਤਿਆਂ ਦੀ ਜਿਹੜੀ ਵੈਲਿਊ ਹੈ, ਅਹਿਮੀਅਤ ਹੈ, ਉਹ ਬਹੁਤ ਜ਼ਰੂਰੀ ਹੈ ਜੀਵਨ ਵਾਸਤੇ। ਸਰ ਗੱਲ ਕੀਤੀ ਹੈ ਇਸ ਸ਼ੂਟਿੰਗ ਦੀ, ਇਸ ਸ਼ੂਟਿੰਗ ਨੂੰ ਕਿੰਨਾ ਸਰ ਕਰੋ ਕੰਪਲੀਟ ਹੋਏਗੀ ਸਰ, ਕਿੰਨਾ ਟਾਈਮ ਲੱਗੇ? ਇਹ ਪੰਜਾਬੀ ਫਿਲਮ ਹੈ ਜੀ ਜਿਸ ਦਾ ਨਾਂ ਹੈ ਲੁਕਣ ਮਿੱਚੀ। ਅਵਤਾਰ ਬਾਲਸਾਵੇ ਦੇ ਪ੍ਰੋਡਿਊਸਰ ਹੈ, ਮਨਜਿੰਦਰ ਹੁੰਦਲੇ ਦੇ ਡਾਇਰੈਕਟਰ ਨੇ, ਮੈਂ ਕੰਮ ਕਰ ਰਿਹਾ, ਯੋਗਰਾਜ ਸਾਹਿਬ ਕਰ ਰਹੇ ਹੈ, ਪ੍ਰੀਤ ਹਰਪਾਲ ਕਰ ਰਹੇ ਨੇ, ਔਰ ਮੈਂਡੀ ਠੱਕਰ ਨੇ, ਹੋਰ ਕੌਣ ਹੈ ਬਲ ਸਾਹਿਬ, ਬੀ ਐਨ ਸ਼ਰਮਾ ਜੀ, ਕਰਮਜੀਤ ਅਰਮੋ, ਅਨਮੋਲ, ਹੋਬੀ ਧਾਰੀਵਾਲ, ਇਹ ਸਾਰੇ ਚੰਗੇ ਆਰਟਿਸਟ ਇਹਦੇ ਵਿੱਚ ਕੰਮ ਕਰ ਰਹੇ ਹੈ। ਔਰ ਬੜੀ ਇੰਟਰਸਟਿੰਗ ਕਹਾਣੀ ਹੈ, ਦੋ ਦੋਸਤ, ਪਹਿਲਾਂ ਕਿਸ ਤਰ੍ਹਾਂ ਦੋਸਤੀ ਚੱਲਦੀ ਹੈ ਉਹਨਾਂ ਦੀ, ਮੇਰੀ ਅਤੇ ਯੋਗਰਾਜ ਦੀ ਜੋ ਕਹਾਣੀ ਹੈ, ਉਸ ਤੋਂ ਬਾਅਦ ਦੁਸ਼ਮਣੀ ਹੋ ਜਾਂਦੀ ਹੈ, ਫਿਰ ਉਹ ਆਖਰ ਤੱਕ ਦੁਸ਼ਮਣੀ ਚੱਲਦੀ ਹੈ, ਫਿਰ ਕਿਸ ਤਰ੍ਹਾਂ ਉਹ ਦੋਸਤ ਫਿਰ ਬਣ ਜਾਂਦੇ ਹੈ, ਇਹ ਸਾਰਾ ਫਿਲਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ। ਨਹੀਂ ਜੀ, ਪੰਜਾਬ ਦੇ ਵਿੱਚ ਹੀ ਇਹਦੀ ਹੈ ਸਾਰੀ ਕਹਾਣੀ, ਔਰ ਸਾਰੀ ਸ਼ੂਟਿੰਗ ਇੱਥੇ ਹੀ ਹੈ। ਇਹ ਫਿਲਮ ਜਿਹੜੀ ਹੈਗੀ ਹੈ ਜਿਹਦੇ 'ਚ ਖਾਸ ਗੱਲ ਇਹ ਹੈ ਵੀ ਬੜੀ ਦੇਰ ਬਾਅਦ ਗੁਗੂਗਿੱਲ ਭਾਅ ਜੀ ਅਤੇ ਯੋਗਰਾਜ ਭਾਅ ਜੀ ਬੜੀ ਦੇਰ ਤੋਂ ਬਾਅਦ ਇਕੱਠੇ ਆ ਰਹੇ ਨੇ, ਅਤੇ ਫਿਲਮ ਸਾਰਾ ਬੰਦਾ ਕਹਿੰਦਾ ਉਹਦੀ ਵੱਖਰੀ ਫਿਲਮ ਹੈ, ਪਰ ਸੱਚੀ ਵਿੱਚ ਵੱਖਰੀ ਫਿਲਮ ਹੈ, ਇੱਕ ਸਾਡੇ ਪੰਜਾਬੀ ਸੱਭਿਆਚਾਰ ਨੂੰ ਰੀਪ੍ਰਜੈਂਟ ਕਰੇਗੀ ਫਿਲਮ। ਐਮ ਹੁੰਦਲ ਜੀ ਬੜੇ ਮਿਹਨਤੀ ਡਾਇਰੈਕਟਰ ਨੇ, ਸਾਰੀ ਟੀਮ, ਪ੍ਰੋਡਿਊਸਰ ਸਰ ਸਾਰੇ ਦਿਲੋਂ ਮਿਹਨਤ ਕਰ ਰਹੇ ਨੇ ਇਸ ਫਿਲਮ ਦੇ ਲਈ, ਅਸੀਂ ਸਾਰੇ ਲੱਗੇ ਹੋਏ ਹਾਂ ਜੀ। ਹੁਣ ਅੱਜ ਮੈਂ ਸ਼ੰਗਾਰਾ ਸਿੰਘ ਦਾ ਕਰੈਕਟਰ ਕਰ ਰਿਹਾ ਜਿਹਦੇ ਤੋਂ ਸਾਰੀ ਫਿਲਮ ਪਲਟਾ ਮਾਰਦੀ ਹੈ ਇੱਕ, ਅਤੇ ਗੁਗੂਗਿੱਲ ਭਾਅ ਜੀ ਦੇ ਨਾਲ, ਅਤੇ ਮੇਰਾ ਹੁਣ ਸੀਨ ਬਿਲਕੁਲ ਰੈਡੀ ਹੈ, ਅਤੇ ਉੱਧਰ